ट्रैक्टर्स के बारे में अपडेटेड रहने के लिए हमारे चैनल को लाजमी सब्सक्राइब कर लें। अस्सलाम वालेकुम जी, है 260 ट्रैक्टर ये दसनगे जी तेल का कितना खर्चा है, हाइड्रोलिक तेल सिस्टम बदलन का की खर्चा है, ये भी दस दें तुहानू तफसील नाल। हाँ जी भाजी दस्यो जरा की खर्चा है तेल का, तेल कितना चेंज करना पै जाता है। तेल है जी ये 200 लीटर पिछे तेल बदलने इंजन का, 200 लीटर बाद अहां जिहड़ा ना 7.5 लीटर 8 लीटर दियां गैलनां हुंदियां ने दो, वो लैके आउंदे आ, वो इहदे विच अहीं बदलने आ। ठीक, वो 6000 रुपये का तेल हुंदा, 5500 रुपये का भी हुंदा, मसलन वो फर्को फर्क ही तेल ने। ठीक है जी, वो अहीं इहदे विच तेल बदलने आ। एयर क्लीनर है, एयर क्लीनर च किन्ना पाउंदे हो तेल? इहदे च 1/2 लीटर तेल पैंदा। ठीक, हर तेल बाद जिहड़ा ना इहनूं अहीं बदलने आ। ठीक है जी, ਤੇ ਹਾਈਡ੍ਰੋਲਿਕ ਸਿਸਟਮ 'ਚ ਕਿੰਨਾ ਪਾ ਰਹੇ ਹੋ ਤੇ ਸਾਫ ਕਰਨੇ ਆ? ਹਾਈਡ੍ਰੋਲਿਕ ਸਿਸਟਮ ਦੇ ਵਿੱਚ ਜਿਹੜਾ ਨਾ 36 ਲੀਟਰ ਤੇਲ ਪੈਂਦਾ। 36 ਲੀਟਰ? ਹਾਂਜੀ, ਉਹ 28 ਘੱਲਦੇ ਨੇ, ਉਹ 28 ਘੱਲਦੇ ਨੇ। ਅੱਛਾ ਅੱਛਾ ਅੱਛਾ, ਇਹਦਾ ਸਾਡਾ ਖਰਚਾ 10000 ਰੁਪਇਆ ਖਰਚਾ ਆ ਜਾਂਦਾ ਜੇ ਜਦੋਂ ਫਿਰ ਦੁਬਾਰਾ ਤੇਲ ਮਿਲਦਾ। ਮਤਲਬ ਟੋਟਲ ਤੇਲ ਚੇਂਜ ਕਰਨ ਦਾ ਕਿੰਨਾ ਖਰਚਾ ਆ ਜਾਂਦਾ? ਟੋਟਲ ਤੇਲ ਖਰਚਾ ਕਰਨ ਦਾ ਜਨਾਬ ਜਿਹੜਾ ਨਾ 15000 ਰੁਪਇਆ ਖਰਚਾ ਹੁੰਦਾ ਜੀ। 15000? ਹਾਂਜੀ, ਲੇਕਿਨ ਹਰ ਤੇਲ ਪਿੱਛੇ ਨਹੀਂ ਬਦਲਣਾ, ਪਿਛਲੇ ਹਿੱਸੇ ਦਾ ਤੇਲ ਜਿਹੜਾ ਨਾ ਉਹ ਸਾਲ ਬਾਅਦ ਜਿਹੜਾ ਨਾ ਬਦਲੀਦਾ। ਸਾਲ ਬਾਅਦ ਮਤਲਬ ਇਹ ਨਹੀਂ ਕਿੰਨਾ ਚੱਲਣਾ, ਮਤਲਬ ਇਹ ਨਹੀਂ ਸਾਲ ਬਾਅਦ ਵੀ ਕਿੰਨੇ ਘੰਟੇ ਚੱਲਣਾ, ਇਹ ਵੀ ਸਿਸਟਮ ਹੈ ਕੋਈ? ਘੰਟਿਆਂ ਦਾ ਨਹੀਂ ਜੀ ਪਤਾ, ਘੰਟਿਆਂ ਦਾ ਨਹੀਂ ਜੀ ਪਤਾ। ਅੱਛਾ, ਇਹ ਜਨਾਬ ਜਿਹੜਾ ਨਾ ਇਹ ਸਾਲ ਬਾਅਦ ਰੂਟੀਨ ਰੱਖੀ ਆ ਜ਼ਿਮੀਂਦਾਰ ਨੇ ਕਿ ਅਸਾਂ ਪਿਛਲੇ ਹਿੱਸੇ ਦਾ ਤੇਲ ਜਿਹੜਾ ਨਾ ਉਹ ਬਦਲਣਾ। ਘੰਟਿਆਂ ਦਾ ਨਹੀਂ ਤੁਹਾਨੂੰ ਅਜੇ ਕੋਈ ਇਲਮ, ਮਤਲਬ ਸਾਲ ਬਾਅਦ? ਘੰਟਿਆਂ ਦਾ ਸਾਨੂੰ ਨਹੀਂ ਜੀ ਪਤਾ, ਜਦੋਂ ਆਹ ਨਵੀਂ ਗੱਡੀ ਲਿਆਉਣੀ ਆ ਉਦੋਂ 30 ਘੰਟਿਆਂ ਬਾਅਦ ਅਸੀਂ ਅਗਲਾ ਪਿਛਲਾ ਤੇਲ ਇਹਦਾ ਬਦਲ ਦਿੰਦੇ ਹਾਂ। 30 ਘੰਟਿਆਂ ਬਾਅਦ? ਹਾਂਜੀ, ਯਾਨੀ ਕਿ ਅਸੀਂ 21-10 ਮਹੀਨੇ 'ਚ ਟਰੈਕਟਰ ਲਿਆਉਂਦਾ ਸੀ। ਹਾਂਜੀ, ਅਸੀਂ 30 ਘੰਟਿਆਂ ਦੇ ਵਿੱਚ ਇਹਦਾ ਤੇਲ ਜਿਹੜਾ ਨਾ ਅਗਲਾ ਪਿਛਲਾ ਬਦਲਿਆ ਸੀ, ਸਰਵਿਸ ਕਰਾਈ ਸੀ ਅਸੀਂ। ਠੀਕ ਹੋ ਗਿਆ। ਠੀਕ ਹੈ ਜੀ, ਕਿੰਨਾ ਖਰਚਾ ਲੱਗਾ ਤੁਹਾਡਾ? ਸਾਡਾ ਕੋਈ 15-16 ਹਜ਼ਾਰ ਰੁਪਇਆ ਖਰਚਾ ਆ ਗਿਆ ਸੀ ਜੀ, ਤੇਲ ਬਦਲਾਈ ਦਾ। ਤੇਲ ਬਦਲਾਈ ਦਾ? ਅੱਛਾ, ਫਿਰ ਜਿਹੜਾ ਉਹ ਤੇਲ ਹੁੰਦਾ ਸਾਡਾ ਬਿਲਕੁਲ ਉਹ ਸਾਫ਼ ਤੇਲ ਹੁੰਦਾ, ਜਿਨ੍ਹਾਂ ਦੇ ਕੋਲ ਇਹਨਾਂ ਨੇ ਸਰਵਿਸ ਮਿਲਤ ਨੇ ਦਿੱਤੀ ਹੁੰਦੀ ਹੈ ਜਿਨ੍ਹਾਂ ਨੂੰ, ਉਹ ਸਾਡਾ ਉਹ ਤੇਲ ਰੱਖ ਲੈਂਦੇ ਨੇ, ਸਾਨੂੰ ਉਹ ਵਾਪਸ ਨਹੀਂ ਕਰਦੇ, ਬਿਲਕੁਲ ਸਾਫ਼ ਤੇਲ ਹੁੰਦਾ। ਕਿਹੜੀ ਕੰਪਨੀ ਦਾ ਤੇਲ ਪਾ ਰਹੇ ਤੁਸੀਂ? ਅਸੀਂ ਮਿਲਤ ਕੰਪਨੀ ਦਾ ਤੇਲ ਪਾ ਰਹੇ ਹਾਂ ਜੀ। ਠੀਕ ਹੈ, ਜਿਹੜਾ ਇਹ ਪਹਿਲੀ ਸਰਵਿਸ ਕਰਾਈ ਆ ਨਾ ਉਹ ਮਿਲਤ ਕੰਪਨੀ ਦਾ ਤੇਲ ਜਿਹੜਾ ਨਾ ਅਸੀਂ ਜਨਾਬ ਉਹ ਪਾਇਆ ਵਾ ਅਗਲਾ ਅਤੇ ਪਿਛਲਾ। ਹੁਣ ਵੀ ਮਿਲਤ ਹੀ ਪਾ ਰਹੇ ਹੋ? ਨਹੀਂ ਜੀ, ਹੁਣ ਅਸੀਂ ਡੈਲੋ ਗੋਲਡ ਪਾ ਰਹੇ ਹਾਂ ਜੀ। ਡੈਲੋ ਗੋਲਡ ਤੇਲ ਜਿਹੜਾ ਨਾ 260 ਵਾਸਤੇ ਬਿਲਕੁਲ ਸਹੀ ਆ, ਅਗਰ 1 ਨੰਬਰ ਕਮਾਨਦਾਰ ਬੰਦਾ ਦਏ ਤਾਂ। ਮਤਲਬ ਉਹ ਸਸਤਾ ਹੈ ਮਿਲਤ ਨਾਲੋਂ ਕਿ ਮਹਿੰਗਾ ਹੈ ਡੈਲੋ ਦਾ? ਡੈਲੋ ਦਾ ਉਹਦੇ ਨਾਲ ਮਹਿੰਗਾ ਜੀ, 1000 ਰੁਪਈਆ। ਠੀਕ ਹੈ, ਠੀਕ ਠੀਕ ਹੈ ਜੀ, ਅਸੀਂ ਉਹ ਤੇਲ ਪਾਉਂਦੇ ਹਾਂ ਜੀ ਡੈਲੋ ਗੋਲਡ ਦਾ। ਠੀਕ ਹੈ ਭਾਈ, ਬਹੁਤ ਮਿਹਰਬਾਨੀ। ਦੂਸਰਾ, ਅਗਰ ਕੋਈ ਗੱਡੀ ਦੇ ਵਿੱਚ ਕੋਈ ਫਾਲਟ ਪੈਂਦਾ ਤਾਂ ਉਹ ਅਸੀਂ ਟੈਕਨੋ ਪਾਰਟ ਦਾ ਸਮਾਨ ਇਹਦੇ ਵਿੱਚ ਪਾਉਂਦੇ ਹਾਂ ਜੀ। ਟੈਕਨੋ ਪਾਰਟ? ਉਹ ਕਿਉਂ ਜੀ, ਉਹਦੀ ਕੀ ਵਜ੍ਹਾ? ਉਹਦੀ ਇਹ ਵਜ੍ਹਾ ਵਾ ਕਿ ਬਾਕੀ ਜਿਹੜਾ ਸਮਾਨ ਹੈ ਉਹਦੇ ਨਾਲ ਹੌਲਾ ਵਾ, ਉਹ ਜ਼ਰਾ ਚੰਗਾ ਵਾ, ਟੈਕਨੋ ਪਾਰਟ ਦਾ ਕੜਾ ਪੀਣੀ ਆ ਨਾ, ਉਹਦੀ ਵੀ ਤਾਕਤ ਬੜੀ ਆ, ਕੰਪੈਸਟੀ ਬੜੀ ਆ ਉਹਦੀ।